असलम दोस्तों के हाल चाल है उम्मीद है तुम सारे दोस्त ठीक ठाक हो सो मैं मोहम्मद वकास से तुसा दे दे पयो पूट्यूब चैनल किसान पॉइंट एक नवी वीडियो के नाल थी खिदमत हाज़िर हाँ अज की सारी वीडियो है कि तुरशादा बागात की शाख तराशी क्यों की है शाख तराशी किस टाइम करनी चाहिए और कितनी किस दी शाख तराशी होंगी है बागात विच और शाख तराशी तू बाद सन केड़े केड़े स्प्रे करने चाहिए ਤਾਂ ਸ਼ੁਰੂ ਕਰੀਨੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਤਾਂ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਦਫਾ ਆਏ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫਾਲੋ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਨਾਲ ਨਾਲ ਸਾਡੇ TikTok account ਨੂੰ ਵੀ ਫਾਲੋ ਕਰੋ ਜਿਹੜੇ ਦੋਸਤ TikTok ਜ਼ਿਆਦਾ ਇਸਤੇਮਾਲ ਕਰੀਂ ਜਨ ਉਨ੍ਹਾਂ ਸੇ ਖੁਸ਼ਖਬਰੀ ਹੈ ਕਿ ਅੱਜ ਤੋਂ ਬਾਅਦ ਇਨਸ਼ਾਅੱਲਾ ਸਾਡੀ ਵੀਡੀਓ ਜਿਹੜੀ ਹੈ ਉਹ TikTok ਤੇ ਵੀ ਅਪਲੋਡ ਕੀਤੀ ਵੈਸੀ TikTok ਦੇ account ਦਾ ਲਿੰਕ ਜਿਹੜਾ ਹੈ ਫੇਸਬੁੱਕ ਦਾ ਲਿੰਕ ਤੇ YouTube ਚੈਨਲ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਏ। ਦੋਸਤੋ ਜਿਵੇਂ ਕਿ ਤੁਹਾਨੂੰ معلوم ਹੋ ਸੀ ਕਿ ਜਿੰਨੇ ਵੀ ਦਰਖਤ ਨੇ ਉਹਨਾਂ ਦੀ ਟ੍ਰੇਨਿੰਗ ਪ੍ਰੂਨਿੰਗ ਕੀਤੀ ਵਹਿੰਦੀ ਹੈ ਸੇਮ ਇਸੇ ਤਰ੍ਹਾਂ ਬਾਗ ਦੀ ਵੀ ਟ੍ਰੇਨਿੰਗ ਪ੍ਰੂਨਿੰਗ ਬੇहद ਜ਼ਰੂਰੀ ਹੈ। ਟ੍ਰੇਨਿੰਗ ਪ੍ਰੂਨਿੰਗ ਦੇ ਅਮਲ ਦੇ ਨਾਲ ਬਾਗ ਦੇ ਫਲ ਦੀ ਕੁਆਲਿਟੀ ਜਿਹੜੀ ਉਹ ਬਿਹਤਰ ਥੀਂਦੀ ਹੈ। ਫਲ ਦੀ ਤਦਾਦ ਦੇ ਵਿੱਚ ਇਜ਼ਾਫਾ ਥੀਂਦਾ ਹੈ ਔਰ ਇਸ ਦੇ ਨਾਲ-ਨਾਲ ਬਾਗ ਦੀ ਜਿਹੜੀ ਉਮਰ ਹੈ ਬਾਗ ਦੀ ਉਮਰ ਵਿੱਚ ਵੀ ਇਜ਼ਾਫਾ ਥੀਂਦਾ ਹੈ। ਸ਼ਾਖ ਤਰਾਸ਼ੀ ਦੀਆਂ ਬੁਨਿਆਦੀ ਤੌਰ ਤੇ ਤਰਾਏ ਕਿਸਮਾਂ ਹਨ ਉਹ ਕਿਹੜੀਆਂ-ਕਿਹੜੀਆਂ ਤਰਾਏ ਹਨ ਉਹਨਾਂ ਦੇ ਉੱਤੇ ਗੱਲ ਕਰੀ ਨਾ ਤਾਂ ਪਹਿਲੇ ਨੰਬਰ ਤੇ ਉੱਤੇ ਹੈ ਐਸੀਆਂ ਸ਼ਾਖਾਂ ਜਿਹੜੀਆਂ ਬਿਮਾਰ ਹਨ ਜਾਂ ਪੁਰਾਣੀਆਂ ਸ਼ਾਖਾਂ ਨੂੰ ਕੱਟਣ ਵਾਸਤੇ ਜਿਹੜੀ ਸ਼ਾਖ ਤਰਾਸ਼ੀ ਕੀਤੀ ਵਹਿੰਦੀ ਹੈ ਪਹਿਲੇ ਨੰਬਰ ਤੇ ਤਾਂ ਉਹ ਵੀ ਔਰ ਦੂਜੇ ਨੰਬਰ ਤੇ ਸਾਡੇ ਕੋਲ ਹੈ ਗੈਰ ਮناسب ਤੇ ਗਲਤ الزاويه ਤੇ ਝੁਕੀਆਂ ਆਈਆਂ ਸ਼ਾਖਾਂ ਇਹ ਵੀ ਕਟੀਆਂ ਵੈਂਨੀਆਂ ਤੀਜੇ ਨੰਬਰ ਤੇ ਜਿਹੜਾ ਹੈ ਉਹ ਹੈ ਕਨੋਪੀ ਨੂੰ ਮੇਨਟੇਨ ਕਰਨਾ ਬਾਗਾ ਦੀ ਕਨੋਪੀ ਯਾਨੀ ਕਿ ਜਿਹੜੀ ਛਤਰੀ ਹੁੰਦੀ ਏ ਉਸ ਨੂੰ ਮੈਨੇਜ ਕਰਨਾ ਇਸ ਹਸਤੇ ਵੀ ਪ੍ਰੂਨਿੰਗ ਕੀਤੀ ਜਾਂਦੀ ਏ ਕਟਾਈ ਕੀਤੀ ਜਾਂਦੀ ਏ ਬੁਨਿਆਦੀ ਤੌਰ ਤੇ ਤਰਾਏ ਕਿਸਮਾਂ ਦੀ ਕਟਾਈ ਥੀਂਦੀ ਏ ਬਾਗਾਤ ਦੇ ਵਿੱਚ ਹੁਣ ਇਹਨਾਂ ਤਰਾਹਾਂ ਕਿਸਮਾਂ ਦੇ ਉੱਤੇ ਤਫਸੀਲ ਨਾਲ ਗੱਲ ਕਰੀ ਆ ਤਾਂ ਦੋਸਤੋ ਪਹਿਲੇ ਨੰਬਰ ਤੇ ਸਾਡੇ ਕੋਲੇ ਪੁਰਾਣੀਆਂ ਤੇ ਬਿਮਾਰ ਸ਼ਾਖਾਂ ਦੀ ਕਟਾਈ ਅਕਸਰ ਔਕਾਤ ਤੁਸੀਂ ਰਿਠਾ ਹੋ ਸੀ ਕਿ ਤੁਹਾਡੇ ਬਾਗਾਤ ਦੇ ਵਿੱਚ ਸੋਕ ਬਹੁਤ ਜ਼ਿਆਦਾ ਪੈਦਾ ਥੀਂਦੀ ਏ ਕਿਆ ਕਦਾਂ ਤੁਸੀਂ ਸੋਚੇ ਕਿ ਤੁਹਾਡੇ ਬਾਗਾਂ ਦੇ ਵਿੱਚ ਸੋਕ ਕਿੰਨੀ ਕਿਉਂ ਪੈਦਾ ਥਿੰਦੀ ਹੈ ਇਸ ਦੀ ਕਿਹੜੀ ਕਿਹੜੀ ਵਜੂਹਾ ਹੈ ਤੇ ਔਰ ਇਸ ਸੋਕ ਨੂੰ ਕੰਟਰੋਲ ਕਰਾਣ ਵਾਸਤੇ ਸਾਨੂੰ ਕਿਹੜੇ ਕਿਹੜੇ ਇਕਦਮਾਤ ਕਰਨੇ ਚਾਹੀਦੇ ਨੇ ਤੋ ਜਿਹੜੀ ਸੋਕ ਦੀ ਬਿਮਾਰੀ ਹੈ ਫੈਟਫ ਤੋਰਾ ਨਾਮੀ ਇੱਕ ਫੰਗਸ ਵਾਲੀ ਬਿਮਾਰੀ ਹੈ ਜਿਸ ਦੀ وجہ ਤੋਂ ਤੁਹਾਡੇ ਜੀ ਵਜ੍ਹਾ ਤੋਂ ਤੁਹਾਡੇ ਸਟਰਸ ਦੇ ਪੌਦਿਆਂ ਦੇ ਵਿੱਚ ਸੋਕ ਪੈਦਾ ਥਿੰਦੀ ਹੈ ਔਰ ਸ਼ਾਖਾਂ ਹੌਸਾ ਹੌਸਾ ਖੁਸ਼ਕ ਹੋ ਵੈਣੀਆਂ ਤੇ ਉਹ ਦੇ ਨਾਲ ਨਾਲ ਉਸ ਉਹਦੇ ਉੱਤੇ ਜਿਹੜੇ ਫਲ ਲੱਗਣ ਦੀ ਸਲਾਈਆ ਤੇ ਉਹ ਵੀ ਕੰਮ ਥੀਂਦੀ ਹੈ ਔਰ ਪੌਦਾ ਐਸਾ ਐਸਾ ਖਤਮ ਹੋ ਵਹਿੰਦੇ ਪੌਦੇ ਦੀ ਉਮਰ ਕਮ ਥੀਂ ਵਹਿੰਦੀ ਹੈ ਤਾਂ ਇਸ ਬਿਮਾਰੀ ਦੀ وجہ ਤੋਂ ਜਿਹੜੀਆਂ ਸ਼ਾਖਾਂ متاثر ਥੀਨੀਆਂ ਬਿਮਾਰ ਸ਼ਾਖਾਂ ਨੂੰ ਕੱਟਣ ਵਾਸਤੇ ਸਾਲ ਦੇ ਸਾਲ ਪ੍ਰੂਨਿੰਗ ਕਰਨਾ ਬੇਹੱਦ ਜ਼ਰੂਰੀ ਹੈ ਬਿਮਾਰ ਸ਼ਾਖਾਂ ਦੀ ਪ੍ਰੂਨਿੰਗ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਦੋਸਤੋ ਬਿਮਾਰ ਸ਼ਾਖ ਦੇ ਨਾਲ ਕਮ ਅਜ਼ ਕਮ 1 ਇੰਚ ਤੋਂ ਘੇਨ ਕੇ 1.5 ਇੰਚ ਤੱਕ ਥਵਾ ਨੂੰ ਹਰ ਸ਼ਾਖ ਵੀ ਕੱਟਣੀ ਚਾਹੀਦੀ ਹੈ ਔਰ ਕਟਾਈ ਦਾ ਜਿਹੜਾ ਜ਼ਾਵੀ ਹੈ ਉਹ ਹਮੇਸ਼ਾ 45 ਡਿਗਰੀ ਰੱਖਣਾ ਚਾਹੀਦਾ ਹੈ ਦੂਜੇ ਨੰਬਰ ਤੇ ਗੱਲ ਕਰਾਂ ਗੈਰ ਮੁਨਾਸਬ ਤੇ ਗਲਤ ਜ਼ਾਵੀ ਵਾਲੀਆਂ ਸ਼ਾਖਾਂ ਦੀ ਕਟਾਈ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਮਾਲੂਮ ਹੈ ਕਿ ਬਾਗਾਂ ਦੇ ਵਿੱਚ ਤੁਸੀਂ ਤਮਾਮ ਇੰਪਲੀਮੈਂਟ ਵੀ ਇਸਤੇਮਾਲ ਕਰਨੇ ਹੁੰਦੇ ਨੇ ਟਰੈਕਟਰ ਵੀ ਇਸਤੇਮਾਲ ਕਰਨਾ ਹੁੰਦਾ ਹੈ ਔਰ ਇਸ ਤੋਂ ਇਲਾਵਾ ਬਾਗਾਂ ਦੇ ਵਿੱਚ ਫਰਟੀਲਾਈਜ਼ਰ ਜਾਂ ਸਪਰੇਆਂ ਵਾਸਤੇ ਮੁਖਤਲਫ ਆਵਾਮਿਲ ਜਿਹੜੇ ਨੇ ਉਹ ਵੀ ਸਰੰਜਾਮ ਦੇਵਣੇ ਹੁੰਦੇ ਨੇ ਤਾਂ ਬਾਗਾਂ ਦੇ ਵਿੱਚ ਬਾਜ਼ ਔਕਾਤ ਐਸੀਆਂ ਸ਼ਾਖਾਂ ਵੀ ਪੈਦਾ ਥੀ ਵੈਨੀਆਂ ਜਿਹੜੀਆਂ ਕਿ ਗਲਤ الزاويه ਤੇ ਹੁੰਨੀਆਂ ਤੁਹਾਡੀ ਮਸ਼ੀਨ ਨੂੰ ਤੁਹਾਡੇ ਟਰੈਕਟਰ ਨੂੰ ਜਾਂ ਧੀਗਰ ਲੇਬਰ ਦੇ ਜਿਹੜੇ ਆਵਾਮ ਮਿਲੈਨ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਰੋਕਾਵਟ ਦਾ ਬਾਇਸ ਬਣਨੀਆਂ ਤਾਂ ਐਸੀਆਂ ਸ਼ਾਖਾਂ ਨੂੰ ਖਤਮ ਕਰਨ ਅਸੇ ਵੀ ਕਟਾਈ ਕੀਤੀ ਜਾਂਦੀ ਲੇਕਿਨ ਇਹ ਕਟਾਈ ਜਿਹੜੀ ਹੈ ਜਿਹੜੀ ਹਰ ਸਾਲ ਨਹੀਂ ਕਰਨੀ ਚਾਹੀਦੀ ਇਹ ਕਟਾਈ ਹਮੇਸ਼ਾ ਤੁਸੀਂ ਦੂ ਤੋਤਰਾਏ ਸਾਲ ਬਾਅਦ ਕਰੋ ਤਾਂ ਕਿ ਤੁਹਾਡੀਆਂ ਗਲਤ ਜ਼ਾਵੀ ਵਾਲੀਆਂ ਸ਼ਾਖਾਂ ਜਿਹੜੀਆਂ ਉਹਨਾਂ ਦਾ ਖਤਮਾ ਥੀ ਸੰਗੇ ਔਰ ਤੁਹਾਡੇ ਬਾਗਾਂ ਦੇ ਵਿੱਚ ਜਿੰਨੇ ਵੀ ਆਵਾਮ ਮਿਲਣ ਉਹਨਾਂ ਦੇ ਵਿੱਚ ਤੁਹਾਨੂੰ ਆਸਾਨੀ ਪੈਦਾ ਥੀ ਸੰਗੇ ਤੀਜੇ ਨੰਬਰ ਤੇ ਗੱਲ ਕਰਾਂ ਕਨੋਪੀ ਨੂੰ ਮੈਨੇਜ ਕਰਨ ਵਾਲੀ ਪ੍ਰੂਨਿੰਗ ਜਾਂ ਕਟਾਈ ਤੇ ਦੋਸਤੋ ਬਾਜ਼ ਔਕਾਤ ਐਸੇ ਬਾਗਾਂ ਵੀ ਹਨ ਜਿਹੜਿਆਂ ਦੀ ਉਮਰ ਬਹੁਤ ਜ਼ਿਆਦਾ ਹੋ ਵੈਂਦੀ ਏ ਔਰ ਜ਼ਿਆਦਾ ਉਮਰ ਹੋਣ ਦੀ ਵਜ੍ਹਾ ਤੋਂ ਕਨੋਪੀ ਬੂੰ ਗਲਤ ਜ਼ਾਵੀਏ ਤੇ ਮੂਵ ਥੀ ਵੈਂਦੀ ਏ ਐਸੀ ਕਨੋਪੀ ਨੂੰ ਮੇਨਟੇਨ ਕਰਨ ਵਾਸਤੇ ਤੇ ਪੌਦਿਆਂ ਨੂੰ ਬਿਹਤਰ ਬਣਾਉਣ ਵਾਸਤੇ ਵੀ ਪ੍ਰੂਨਿੰਗ ਕਰਨੀ ਚਾਹੀਦੀ ਇਹ ਪ੍ਰੂਨਿੰਗ ਜਿਹੜੀ ਹੈ ਇਹ ਹਰ 4 ਤੋਂ 5 ਸਾਲਾਂ ਬਾਅਦ ਹਰ ਸੂਰਤ ਵਿੱਚ ਕਰਨੀ ਚਾਹੀਦੀ ਹੈ ਕੋਸ਼ਿਸ਼ ਤੇ ਕਰਨੀ ਚਾਹੀਦੀ ਕਿ ਹਰ ਸਾਲ ਮੈਨੇਜ ਕਰੋ ਤੁਸਾਂ ਕਨੋਪੀ ਨੂੰ ਅਗਰ ਤੁਸਾਂ ਮੈਨੇਜ ਨਹੀਂ ਕੀਤਾ ਤੇ ਤੁਹਾਡੇ ਪੌਦਿਆਂ ਦੀ ਕਨੋਪੀ ਜਿਹੜੀ ਉਹ ਬਹੁਤ ਓਵਰ ਥੀ ਗਈ ਹੈ ਤਾਂ ਫਿਰ ਉਸ ਨੂੰ ਤੁਸਾਂ ਹਰ ਦੂਜੇ ਜਾਂ ਤੀਜੇ ਸਾਲ ਹਰ ਸੂਰਤ ਵਿੱਚ ਉਸ ਦੀ ਥੋੜੀ-ਥੋੜੀ ਕਟਾਈ ਕਰੋ ਤਾਂ ਕਿ ਪੌਦੇ ਤੁਹਾਡੇ ਦੀ ਇੱਕ ਪ੍ਰਾਪਰ ਕਨੋਪੀ ਬਣ ਵਜੇ ਔਰ ਪ੍ਰਾਪਰ ਕਨੋਪੀ ਦੇ ਨਾਲ ਤੁਹਾਨੂੰ ਅੱਛਾ ਫਰੂਟ ਹਾਸਿਲ ਥੀ ਸੀ ਉਦੀ ਕੁਆਲਿਟੀ ਅੱਛੀ ਬਣ ਸੀ ਔਰ ਨਾਲ ਦੇ ਨਾਲ ਤੁਸੀਂ ਜਿੰਨੀਆਂ ਖਾਧਾ ਲੈਸੋ ਉਹਨਾਂ ਦਾ ਅਸਰ ਜਿਹੜਾ ਹੈ ਉਹ ਤੁਹਾਡੇ ਤਮਾਮ ਪੌਦਿਆਂ ਦੇ ਉਤੇ ਬਿਹਤਰ ਤਰੀਕੇ ਦੇ ਨਾਲ ਥੀ ਸੀ ਕਿਉਂਕਿ ਜਿਸ ਟਾਈਮ ਤੁਹਾਡੇ ਪੌਦੇ ਦੀ ਕਨੋਪੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਖੁਰਾਕ ਜਿਹੜੀ ਹੈ ਉਹ ਮੁਕਮਲ ਤੌਰ ਤੇ ਤੁਹਾਡੇ ਪੌਦੇ ਦੇ ਵਿੱਚ ਨਹੀਂ ਪਹੁੰਚ ਸਕਦੀ ਇਸ ਦੀ ਵਜ੍ਹਾ ਤੋਂ ਤੁਹਾਡੇ ਪੌਦੇ ਦੇ ਉੱਤੇ ਕੁਆਲਿਟੀ ਵਾਲਾ ਫਰੂਟ ਕਿਸੇ ਸੂਰਤ ਵਿੱਚ ਨਹੀਂ ਲੱਗਦਾ ਤਾਂ ਕੁਆਲਿਟੀ ਵਾਲਾ ਫਰੂਟ ਹਾਸਲ ਕਰਨਾਸਤੇ ਪੌਦਿਆਂ ਦੀ ਕਨੋਪੀ ਨੂੰ ਮੈਨੇਜ ਕਰਨਾ ਹਰ ਸੂਰਤ ਵਿੱਚ ਜ਼ਰੂਰੀ ਹੈ ਇਸ ਦੇ ਨਾਲ ਨਾਲ ਨਾ ਸਿਰਫ ਬਾਗ ਦੀ ਖੂਬਸੂਰਤੀ ਬਹਾਲ ਥਿੰਦੀ ਹੈ ਬਲਕਿ ਤੁਹਾਡੇ ਫਲ ਦਾ ਜਿਹੜਾ ਰੇਟ ਹੈ ਉਹ ਵੀ ਅੱਛਾ ਲੱਗਦਾ ਹੈ ਹੁਣ ਗੱਲ ਕਰਾਂ ਕਿ ਸ਼ਾਖਤ ਰਾਸ਼ੀ ਤੂੰ ਬਾਤ ਸੰ ਕਿਹੜੇ ਕਿਹੜੇ ਜ਼ਾਰ ਇਸ ਤਮਾਲ ਕਰਨੇ ਚਾਹੀਦੇ ਹਨ ਤਾਂ ਦੋਸਤੋ ਸ਼ਾਖ ਤਰਾਸ਼ੀ ਤੋਂ ਬਾਅਦ ਕਾਪਰ ਬੇਸ ਫੰਗੀਸਾਈਡ ਤੁਸੀਂ ਹਰ ਸੂਰਤ ਵਿੱਚ ਇਸਤੇਮਾਲ ਕਰੋ ਕਾਪਰ ਬੇਸ ਕਿਹੜੇ ਕਿਹੜੇ ਸਕਰੀਨ ਤੇ ਤੁਹਾਡੇ ਸਾਹਮਣੇ ਸ਼ੋ ਥਿੰਦੇ ਪੈਨ ਇਸ ਤੋਂ ਇਲਾਵਾ ਅਗਰ ਤੁਹਾਡੇ ਪੌਦਿਆਂ ਦੇ ਵਿੱਚ ਦੀਗਰ ਫੰਗਾਸਾਲੀਆਂ ਬਿਮਾਰੀਆਂ ਦਾ ਵੀ ਅਟੈਕ ਹੈ ਤਾਂ ਫਿਰ ਤੁਸੀਂ ਹਰ ਸੂਰਤ ਵਿੱਚ ਉਹਨਾਂ ਦੇ ਮਤਲੂਬਾ ਜ਼ਾਰ ਵੀ ਇਹਨਾਂ ਦੇ ਨਾਲ ਇਸਤੇਮਾਲ ਕਰ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਆਪਣੇ ਬਾਗ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਵਾਸਤੇ ਹਰ ਸਾਲ ਸੋਕ ਦੀ ਕਟਾਈ ਕਰੋ ਤੇ ਸੋਕ ਦੀ ਕਟਾਈ ਦੇ ਵਿੱਚ ਜਿਹੜੇ ਵੀ ਔਜ਼ਾਰ ਇਸਤੇਮਾਲ ਕਰੀਂਦੇ ਉਹਨਾਂ ਨੂੰ ਅੱਛੀ ਤਰ੍ਹਾਂ ਟ੍ਰੀਟ ਕਰਕੇ ਇਸਤੇਮਾਲ ਕਰੋ ਤਾਂ ਕਿ ਬਿਮਾਰੀ ਮਜ਼ੀਦ ਪੌਦਿਆਂ ਤੱਕ ਨਾ ਫੈਲ ਸੰਗੇ। ਔਰ ਕਟਾਈ ਤੋਂ ਬਾਅਦ ਹਰ ਸੂਰਤ ਵਿੱਚ ਫੰਗੀਸਾਈਡ ਦਾ ਸਪਰੇਅ ਲਾਜ਼ਮੀ ਕਰੋ। ਉਹਦੀ ਮਿਕਦਾਰ ਤੇ ਔਜ਼ਾਰ ਜਿਹੜੇ ਉਸ ਸਕਰੀਨ ਤੇ ਤੁਹਾਡੇ ਸਾਹਮਣੇ ਸ਼ੋਅ ਥਿੰਦੇ ਪੈਨ। ਉਮੀਦ ਕਰੀਆ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਸੀ ਮੱਚੀ ਅੱਛੀ ਵੀਡੀਓਜ਼ ਦੇਖਣਾ ਸੇ ਸਾਡੇ ਫੇਸਬੁੱਕ ਪੇਜ, YouTube ਚੈਨਲ ਤੇ TikTok ਅਕਾਊਂਟ ਨੂੰ ਫਾਲੋ ਕਰੋ ਤੇ ਸਬਸਕ੍ਰਾਈਬ ਕਰੋ। ਤੇ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਹਾਫਿਜ਼